ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਸੱਤਾ ਤੇ ਬੈਠੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਭਾਵੇਂ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਕਈ ਜਿਹੜੇ ਸਿੱਖ ਇਸ਼ੂਜ਼ ਆ ਉਹਨਾਂ ਦੇ ਬਾਰੇ ਵਿੱਚ ਮਤਭੇਦ ਹੋ ਸਕਦੇ ਆ ਤੇ ਬੰਦੀ ਸਿੰਘਾਂ ਦਾ ਮਾਮਲਾ ਹੋਰ ਕਈ ਮਾਮਲੇ ਜਿਹੜੇ ਹੈ ਨੇ ਪਰ ਜਿਹੜਾ ਅੱਜ ਇੱਕ ਕਾਨੂੰਨ ਆਇਆ ਜਿਹਨੂੰ ਸੀਏਏ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਜਿਸ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਅੰਦਰ ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਜਿਹੜੀ ਸਿੱਖਾਂ ਦੀ ਵੱਡੀ ਗਿਣਤੀ ਜਿਹੜੀ ਆ ਉਥੋਂ ਪਲਾਨ ਕਰ ਗਈ ਕਿਉਂਕਿ ਉਥੇ ਸਿੱਖਾਂ ਦੇ ਨਾਲ ਜ਼ੁਲਮ ਹੋਇਆ ਜ਼ਬਰ ਹੋਇਆ ਫਰੋਤੀਆਂ ਦਿੱਤੀਆਂ ਗਈਆਂ ਮਾਰ ਦਿੱਤੇ ਗਏ ਤੇ ਉਹ ਜਿਹੜੇ ਦੇਸ਼ ਵਿੱਚ ਆਏ ਕਿਉਂਕਿ ਸ਼ਰੌਨੀ ਗੁਰਦਰਾ ਪਰੰਧ ਕਮੇਟੀ ਇਸ ਗੱਲ ਹੀ ਸੂਤਰ ਧਾਰ ਰਹੀ ਹੈ ਕਿ ਉਹਨਾਂ ਨੂੰ ਈ-ਵੀਜ਼ਾ ਜਿਹੜਾ ਮੁਹੱਈਆ ਕਰਵਾਉਣ ਵਾਸਤੇ ਸ਼ਰੌਨੀ ਕਮੇਟੀ ਨੇ ਪਹਿਲਾਂ ਤੋਂ ਸਰਕਾਰ ਦੇ ਨਾਲ ਇਸ ਗੱਲ ਦਾ ਦਬਾਅ ਬਣਾ ਕੇ ਉਹ ਉਹਨਾਂ ਜਿਹੜੇ ਅਫਗਾਨੀ ਸਿੱਖ ਸੀ ਉਹਨਾਂ ਨੂੰ ਦੇਸ਼ ਦੇ ਅੰਦਰ ਜਿਹੜਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੋ ਅਸੀਂ ਦੇਖਦੇ ਹਾਂ ਕਿ ਕਰੀਬ ਇਸ ਮਾਮਲੇ ਵਿੱਚ ਸ਼ਰੋਣੀ ਗੁਰਦੁਆਰਾ ਆਪਣਾ ਕਮੇਟੀ ਨੇ ਕਰੀਬ ਅੱਧਾ ਕਰੋੜ ਜਿਹੜਾ ਵਾ ਉਹ ਖਰਚਾ ਕੀਤਾ ਹੋਣਾ ਜਿਹਦੇ ਜਿਵੇਂ ਵਿੱਚ ਉਹਦੇ ਚ ਟਿਕਟਾਂ ਜਿਵੇਂ ਡੇਢ ਤੋਂ ਜ਼ਿਆਦਾ 120 ਦੇ ਲੋਕ ਜਿਹੜੇ ਆ ਪਹਿਲਾਂ ਭਾਵੇਂ ਇਕੱਲੇ ਇਕੱਲੇ ਆਏ ਪਰ ਜਦੋਂ ਇਕੱਠੇ ਭਾਈ ਦੀ ਇਹ ਕਹਿੰਦੇ ਸਾਲ ਦੇ ਵਿੱਚ ਇੱਥੇ ਆਏ ਨੇ ਤਾਂ ਸ਼ਰੋਣੀ ਕਮੇਟੀ ਨੇ ਸਾਰਿਆਂ ਨੂੰ ਟਿਕਟਾਂ ਮੁਹੀਆਂ ਕਰਾਈਆਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਸੀ ਉਸ ਦੇ ਲਈ ਹਮੇਸ਼ਾ ਸ਼ਰੋਣੀ ਕਮੇਟੀ ਸਿੱਖਾਂ ਦੇ ਇਸ ਮਾਮਲੇ 'ਚ ਡਟ ਕੇ ਖੜੀ ਰਹੀ ਈ ਹੈ ਤੋ ਅੱਜ ਉਹ ਜਿਹੜੇ ਸੈਂਕੜੇ ਸਿੱਖ ਜਿਹੜੇ ਆ ਉਹਨਾਂ ਨੂੰ ਦੇਸ਼ ਦਾ ਜਿਹੜਾ ਸੀਏ ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਇਥੋਂ ਦੀ ਨਾਗਰਿਕਤਾ ਜਿਹੜੀ ਮਿਲਣ ਜਾ ਰਹੀ ਹੈ ਬੜੀ ਚੰਗੀ ਗੱਲ ਆ ਕਿਉਂਕਿ ਇਹ ਜਿਹੜਾ ਕਾਨੂੰਨ ਦਾ ਆਧਾਰ ਇਹ ਆ ਕਿ ਧਰਮ ਤਬਦੀਲੀ ਕੀਤੀ ਜਾ ਰਹੀ ਆ ਚਾਹੇ ਪਾਕਿਸਤਾਨ ਆ ਅਫਗਾਨਿਸਤਾਨ ਆ ਬੰਗਲਾਦੇਸ਼ ਆ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਇਸ ਤਹਿਤ ਜਿਹੜੀ ਵੀ ਇਹ ਕਿਨਾਂ ਸਰਕਾਰ ਦਾ ਕਾਨੂੰਨ ਬਣਿਆ ਅਸੀਂ ਇਸ ਕਾਨੂੰਨ ਦਾ ਸਵਾਗਤ ਕਰਦੇ ਆਂ ਪਰ ਅਸੀਂ ਇਹ ਕੇਵੀ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੀ ਸਰਕਾਰ ਆ ਮੌਜੂਦਾ ਜਾਂ ਪਾਰਟੀ ਆ ਉਹਨਾਂ ਨੇ ਇਸ ਕਾਨੂੰਨ ਦੇ ਨਾਲ ਇੱਕ ਨਾਰਾ ਜੋੜਿਆ ਕਿ ਇਹ ਗੈਰ ਮੁਸਲਮ ਲੋਕ ਜਿਹੜੇ ਆ ਉਹਨਾਂ ਦੇ ਲਈ ਆ ਅਸੀਂ ਇਹ ਚਾਹਾਂਗੇ ਕਿ ਕੋਈ ਸਿੱਖ ਫਲਸਫਾ ਇਹ ਹਮੇਸ਼ਾ ਇਸ ਗੱਲ ਦੇ ਲਈ ਹਮੇ ਵੀ ਭਰਦਾ ਕਿ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੇ ਸਾਬਾਹ ਜੀ ਹੋ ਜੀ ਇਸ ਦੇਸ਼ ਦੇ ਅੰਦਰ ਮੁਸਲਮ ਜਿਹੜੇ ਆ ਉਹ ਘਟਕਿੰਤੀ ਨੇ ਤੇ ਉਹਨਾਂ ਦੇ ਲਈ ਵੀ ਇਸ ਕਾਨੂੰਨ ਦੇ ਵਿੱਚ ਉਹਨੀ ਥਾਂ ਮਿਲਣੀ ਚਾਹੀਦੀ ਆ ਇਹ ਸਾਡੀ ਜਿਹੜੀ ਆ ਆਵਾਜ਼ ਆ ਪਰ ਇਸ ਕਾਨੂੰਨ ਦੇ ਤਹਿਤ ਸਿੱਖਾਂ ਨੂੰ ਜੋ ਮਦਦ ਮਿਲ ਰਹੀ ਆ ਉਹਨਾਂ ਨੂੰ ਇਥੋਂ ਦੀ ਸਿਟੀਜ਼ਨਸ਼ਿਪ ਮਿਲ ਰਹੀ ਆ ਅਸੀਂ ਉਸ ਗੱਲ ਦਾ ਪੂਰਨ ਤੌਰ ਤੇ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੀ ਸੱਤਾ ਤੇ ਬੈਠੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਭਾਵੇਂ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਕਈ ਜਿਹੜੇ ਸਿੱਖ ਇਸ਼ੂਜ਼ ਆ ਉਹਨਾਂ ਦੇ ਬਾਰੇ ਵਿੱਚ ਮਤਭੇਦ ਹੋ ਸਕਦੇ ਆ ਤੇ ਬੰਦੀ ਸਿੰਘਾਂ ਦਾ ਮਾਮਲਾ ਹੋਰ ਕਈ ਮਾਮਲੇ ਜਿਹੜੇ ਹੈ ਨੇ ਪਰ ਜਿਹੜਾ ਅੱਜ ਇੱਕ ਕਾਨੂੰਨ ਆਇਆ ਜਿਹਨੂੰ CAA ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਜਿਸ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਅੰਦਰ ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਜਿਹੜੀ ਸਿੱਖਾਂ ਦੀ ਵੱਡੀ ਗਿਣਤੀ ਜਿਹੜੀ ਹੈ ਉੱਥੋਂ ਪਲਾਨ ਕਰ ਗਈ ਕਿਉਂਕਿ ਉੱਥੇ ਸਿੱਖਾਂ ਦੇ ਨਾਲ ਜ਼ੁਲਮ ਹੋਇਆ ਜ਼ਬਰ ਹੋਇਆ ਫਰੋਤੀਆਂ ਦਿੱਤੀਆਂ ਗਈਆਂ ਮਾਰ ਦਿੱਤੇ ਗਏ ਤੇ ਉਹ ਜਿਹੜੇ ਦੇਸ਼ ਵਿੱਚ ਆਏ ਕਿਉਂਕਿ ਸ਼ਰੋਨੀ ਗੁਰਦਾਰਾ ਪਰੰਧ ਕਮੇਟੀ ਇਸ ਗੱਲ ਹੀ ਸੂਤਰ ਧਾਰ ਰਹੀ ਹੈ ਕਿ ਉਹਨਾਂ ਨੂੰ ਈ ਵੀਜ਼ਾ ਜਿਹੜਾ ਮੁਹੱਈਆ ਕਰਵਾਉਣ ਵਾਸਤੇ ਸ਼ਰੋਨੀ ਕਮੇਟੀ ਨੇ ਪਹਿਲਾਂ ਤੋਂ ਸਰਕਾਰ ਦੇ ਨਾਲ ਇਸ ਗੱਲ ਦਾ ਦਬਾਅ ਬਣਾ ਕੇ ਉਹ ਉਹਨਾਂ ਜਿਹੜੇ ਅਫਗਾਨੀ ਸਿੱਖ ਸੀ ਉਹਨਾਂ ਨੂੰ ਦੇਸ਼ ਦੇ ਅੰਦਰ ਜਿਹੜਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੋ ਅਸੀਂ ਦੇਖਦੇ ਹਾਂ ਕਿ ਕਰੀਬ ਇਸ ਮਾਮਲੇ ਵਿੱਚ ਸ਼ਰੋਨੀ ਗੁਰਦਾਰਾ ਪਰੰਧ ਕਮੇਟੀ ਨੇ ਕਰੀਬ ਅੱਧਾ ਕਰੋੜ ਜਿਹੜਾ ਵਾ ਉਹ ਖਰਚਾ ਕੀਤਾ ਹੋਣਾ ਜਿਹਦੇ ਜਿਵੇਂ ਵਿੱਚ ਉਹਦੇ ਚ ਟਿਕਟਾਂ ਜਿਵੇਂ ਡੇਢ ਤੋਂ ਜ਼ਿਆਦਾ ਪਉਣ 200 ਦੇ ਲੋਕ ਜਿਹੜੇ ਆ ਪਹਿਲਾਂ ਭਾਵੇਂ ਇਕੱਲੇ ਇਕੱਲੇ ਆਏ ਪਰ ਜਦੋਂ ਇਕੱਠੇ ਬਾਈ ਦੀ ਇਹ ਕਹਿੰਦੇ ਸਾਲ ਦੇ ਵਿੱਚ ਇੱਥੇ ਆਏ ਨੇ ਤਾਂ ਸ਼ਰੋਣੀ ਕਮੇਟੀ ਨੇ ਸਾਰਿਆਂ ਨੂੰ ਟਿਕਟਾਂ ਮੁਹੀਆਂ ਕਰਾਈਆਂ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਸੀ ਉਸ ਦੇ ਲਈ ਹਮੇਸ਼ਾ ਸ਼ਰੋਣੀ ਕਮੇਟੀ ਸਿੱਖਾਂ ਦੇ ਇਸ ਮਾਮਲੇ 'ਚ ਡਟ ਕੇ ਖੜੀ ਰਹੀ ਹੈ। ਸੋ ਅੱਜ ਉਹ ਜਿਹੜੇ ਸੈਂਕੜੇ ਸਿੱਖ ਜਿਹੜੇ ਆ ਉਹਨਾਂ ਨੂੰ ਦੇਸ਼ ਦਾ ਜਿਹੜਾ ਸੀਏ ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਇਥੋਂ ਦੀ ਨਾਗਰਿਕਤਾ ਜਿਹੜੀ ਮਿਲਣ ਜਾ ਰਹੀ ਹੈ ਬੜੀ ਚੰਗੀ ਗੱਲ ਆ ਕਿਉਂਕਿ ਇਹ ਜਿਹੜਾ ਕਾਨੂੰਨ ਦਾ ਆਧਾਰ ਇਹ ਆ ਕਿ ਧਰਮ ਤਬਦੀਲੀ ਕੀਤੀ ਜਾ ਰਹੀ ਆ ਚਾਹੇ ਪਾਕਿਸਤਾਨ ਆ ਅਫਗਾਨਿਸਤਾਨ ਆ ਬੰਗਲਾਦੇਸ਼ ਆ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਇਸ ਤਹਿਤ ਜਿਹੜੀ ਵੀ ਇਹ ਕਿਨਾਂ ਸਰਕਾਰ ਦਾ ਕਾਨੂੰਨ ਬਣਿਆ ਅਸੀਂ ਇਸ ਕਾਨੂੰਨ ਦਾ ਸਵਾਗਤ ਕਰਦੇ ਆ ਪਰ ਅਸੀਂ ਇੱਕ ਇਹ ਵੀ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜੀ ਸਰਕਾਰ ਆ ਮੌਜੂਦਾ ਜਾਂ ਪਾਰਟੀ ਆ ਉਹਨਾਂ ਨੇ ਇਸ ਕਾਨੂੰਨ ਦੇ ਨਾਲ ਇੱਕ ਨਾਰਾ ਜੋੜਿਆ ਕਿ ਇਹ ਗੈਰ ਮੁਸਲਮ ਲੋਕ ਜਿਹੜੇ ਆ ਉਹਨਾਂ ਦੇ ਲਈ ਆ ਅਸੀਂ ਇਹ ਚਾਹਾਂਗੇ ਕਿ ਕੋਈ ਸਿੱਖ ਫਲਸਫਾ ਹੈ ਹਮੇਸ਼ਾ ਇਸ ਗੱਲ ਦੀ ਲਈ ਹਮ ਵੀ ਭਰਦਾ ਕਿ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੇ ਸਾਬਾਹ ਰਾਜੀ ਉਹ ਜੇ ਇਸ ਦੇਸ਼ ਦੇ ਅੰਦਰ ਮੁਸਲਮ ਜਿਹੜੇ ਆ ਉਹ ਘਟ ਗਿਣਤੀ ਨੇ ਤੇ ਉਹਨਾਂ ਦੇ ਲਈ ਵੀ ਇਸ ਕਾਨੂੰਨ ਦੇ ਵਿੱਚ ਉਨੀ ਥਾਂ ਮਿਲਣੀ ਚਾਹੀਦੀ ਆ ਇਹ ਸਾਡੀ ਜਿਹੜੀ ਆ ਆਵਾਜ਼ ਆ ਪਰ ਇਸ ਕਾਨੂੰਨ ਦੇ ਤਹਿਤ ਸਿੱਖਾਂ ਨੂੰ ਜੋ ਮਦਦ ਮਿਲ ਰਹੀ ਆ ਉਹਨਾਂ ਨੂੰ ਥੋਡੀ ਸਿਟੀਜ਼ਨਸ਼ਿਪ ਮਿਲ ਰਹੀ ਆ ਅਸੀਂ ਉਸ ਗੱਲ ਦਾ ਪੂਰਨ ਤੌਰ ਤੇ ਸਵਾਗਤ ਕਰਦੇ ਆ